स्वागत है किसान वीरो तुहाडा सिरक डेयरी फार्मिंग दे विच। किसान वीरो अज जिहड़ी वीडियो बना रहे हैं पिंड लंगियाणा लंगियाणा कलां जां लंगियाणा पुराणा मेन रोड ते आ दोस्तों जिहड़ा बाके पुराणे तो मुद्दकी नूं जांदा उहदे उत्ते पिंड आउंदा ते इस पिंड दे विच इस घर च एक छोटा जिहा डेयरी फार्म थोड़े जिहे पशु रखे हुए आ बाई ने इहनां दे विचों ही अज तीन नाग बाई ने विकाऊ किते दोस्तों। एक तोकड़ गां सामने तुसीं देख रहे हो वड्डे ढांचे की है, एक तोकड़ गब्बण विचाले ते एक ताजी सूई भी गां। सो तीन नाग विक्री वाले आ, इन्हां बारे आपां जानकारी लैंदे हां। वीडियो ने अंत तक देखो, जिहनूं जिहड़ा पशु चंगा लगे आके आपदी तसली नाल खरीद लो। नंबर मैं स्क्रीन ते वीर दा ला देना, इनफॉर्मेशन सारी लै लूँगा दोस्तों। बेनती आ वी तसली हरेक पक्ष तों, बाकी तुसीं जिहड़ी उह आप करनी होगी। आओ बाई नाल गलबात करदे हां। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਦਾ? ਸੁਖਦੀਪ ਸਿੰਘ ਜੀ। ਸੁਖਦੀਪ ਬਾਈ ਕਿੰਨਾ ਕੁ ਚਿਰ ਹੋ ਗਿਆ ਇੱਥੇ ਫਾਰਮ ਦਾ ਕੰਮ ਕਰਦੇ ਆ? ਇਹ ਆਪਾਂ ਨੂੰ ਡੈਡੀ ਦਾ ਹੀ ਸ਼ੁਰੂ ਕੀਤਾ ਬਾਈ, 20 ਸਾਲ ਹੋ ਗਏ। 20 ਸਾਲ ਹੋ ਗਏ। ਗਾਵਾਂ ਹੀ ਰੱਖਦੇ ਹੋ ਘਰ? ਹਾਂਜੀ, ਗਾਈਆਂ ਹੀ ਆ। ਅੱਛਾ, ਦੁੱਧ ਤੇ ਲਾਈਆਂ ਵੀਆਂ ਜਾਂ ਵਪਾਰ ਦਾ ਕੰਮ ਵੀ ਕਰਦੇ? ਨਹੀਂ, ਦੁੱਧ ਤੇ ਲਾਈਆਂ ਵੀਆਂ। ਦੁੱਧ ਦਾ ਕੰਮ ਹੈ, ਠੀਕ ਹੈ। ਅੱਛਾ, ਜਿਹੜੀ ਇਹ ਚਿੱਟੀ ਗਾਂ ਬਾਈ, ਕਿੰਨਵਾਂ ਸੂਆ? ਇਹ ਦੂਜਾ ਸੂਆ ਜੀ, 6 ਦੰਦ। ਦੂਜਾ ਸੂਆ 6 ਦੰਦ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਇਹਨੂੰ 10-11 ਦਿਨ ਹੋ ਗਏ। ਬੱਚਾ ਕੀ ਦੇਗੀ ਬਾਈ? ਮੱਛਾ ਜੀ, ਠੀਕ ਹੈ। ਦੁੱਧ ਇਸ ਟਾਈਮ ਕਿੰਨਾ? ਇਸ ਟਾਈਮ 19 ਲੀਟਰ ਖੁੱਲਾ ਦੁੱਧ ਹੈਗਾ ਜੀ। 19 ਲੀਟਰ ਖੁੱਲਾ ਦੁੱਧ ਹੈਗਾ, ਹਾਂਜੀ, ਠੀਕ ਹੈ। ਰੇਟ ਕੀ ਰੱਖਿਆ ਇਹਦਾ? 60,000। ਤੋਰੀ ਬਾਈ ਨੂੰ ਦੱਸੋ, 10-12 ਦਿਨ ਬਾਈ ਦੱਸਦਾ ਸੂਈ ਨੂੰ ਹੋ ਗਏ ਆ, 19 ਲੀਟਰ ਦੁੱਧ ਹੈਗਾ ਇਸ ਟਾਈਮ, ਰੇਟ 60,000। ਬੱਚਾ ਇਹਦੇ ਨਾਲ ਜਿਹੜਾ ਉਹ ਵੱਛਾ ਹੈ, ਹਵਾਨਾ ਅੱਗੇ ਨੂੰ ਚੰਗਾ ਦਿਖਾਉਂਦੀ ਹੈ। ਥਨ ਦਾ ਸਾਈਜ਼ ਵੀ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਦੋਸਤੋ, ਮੁੱਠੀ ਨਾਲ ਹੱਥੀਂ ਚਵਾਈ ਹੋ ਸਕਦੀ, ਕਿਉਂਕਿ ਬਾ ਮੋਡਲਾ ਬਾਈ ਇਹ ਬਾਈ ਹੋਰੀ ਵੀ ਸਾਰੇ ਫਾਰਮ ਦੀ ਹੱਥੀਂ ਚਵਾਈ ਕਰਦੇ ਆ, ਕੋਈ ਵੀ ਪਸ਼ੂ ਮਸ਼ੀਨ ਨਾਲ ਨਹੀਂ ਚੋਇਆ ਜਾਂਦਾ। ਸੋ ਹਵਾਨੇ ਅਤੇ ਨਾੜਾਂ ਚੰਗੀਆਂ। ਥਨ ਦਾ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾਊਂਗਾ। ਰੇਟ 60,000 ਫਿਕਸ ਨਹੀਂ ਗਾ, ਰੇਟ ਘਟੂਗਾ ਮੌਕੇ 'ਤੇ, ਮਾਨ ਤਾਨ ਤੁਹਾਡਾ ਇਹਦੇ 'ਚ ਹੋਊਗਾ। ਸੋ ਜਿਹੜਾ ਵੀਰ ਖਰੀਦਣਾ ਚਾਹਵੇ, 6 ਦੰਦ ਵਹਿੜ ਆ ਦੋਸਤੋ, ਅਤੇ ਸੂਆ ਇਹਦਾ ਜਿਹੜਾ ਹੈਗਾ ਉਹ ਦੂਜਾ, 10-12 ਦਿਨਾਂ ਦੀ ਅੱਜ ਸੂਈ ਹੋਊਗੀ। ਥਣ ਤੁਸੀਂ ਦੇਖੋਗੇ ਪਸਮਾ ਕਰਕੇ ਸੋਹਣਾ ਨਿਕਲਦਾ ਹੋਊਗਾ। ਸੋ ਇਹ ਪਹਿਲੇ ਨੰਬਰ 'ਤੇ। ਇਦੋਂ ਅੱਗੇ ਇੱਕ ਹੋਰ ਵਹਿੜ ਬਾਈ ਕੋਲ ਤੋਕੜ ਗੱਬਣ 'ਚ ਆਉਂਦੀ ਹੈ, ਕਿੰਨਵਾਂ ਸੂਆ ਸੂਈ ਵੀ ਹੈ ਇਹ ਜੀ? ਤੀਜੇ ਵਾਸਤੇ ਗੱਬਣ। ਤੀਜੇ ਵਾਸਤੇ ਕਿੰਨੇ ਚਿਰ ਦੀ ਗੱਬਣ ਬਾਈ? ਇਹ 1.5 ਮਹੀਨੇ ਤੋਂ ਉੱਤੇ ਹੀ ਹੋ ਗਈ, 1-2 ਦਿਨ। 1.5 ਮਹੀਨੇ ਤੋਂ ਉੱਤੇ ਆ। ਚੈੱਕ ਤਾਂ ਨਹੀਂ ਕਰਵਾਈ ਹੈ? ਨਹੀਂ, ਚੈੱਕ ਨਹੀਂ ਕਰਾਈ ਜੀ। ਅੱਛਾ, ਹੁਣ ਕਨਫਰਮ ਹੀ ਹੈ ਹਿਸਾਬ ਨਾਲ? ਹਾਂਜੀ, ਗੱਬ, ਠੀਕ ਹੈ। ਚੈੱਕ ਕਰਵਾ ਸਕਦਾ ਜਿਹਨੇ ਲਿਜਾਣੀ? ਹਾਂਜੀ, ਚੈੱਕ ਕਰਾ ਸਕਦਾ। ਦੁੱਧ ਹੁਣ ਕਿੰਨਾ ਦੇ ਰਹੀ? ਹੁਣ 16 ਕਿਲੋ ਆ ਜੀ। ਬੱਚਾ ਤਾਂ ਹੈ ਨਹੀਂ ਨਾਲ? ਨਹੀਂ, ਬੱਚਾ ਹੈ ਨਹੀਂ ਗਾ ਜੀ। ਰੇਟ ਕੀ ਰੱਖਿਆ ਬਾਈ? ਇਹਦਾ ਰੇਟ 42,000। 42,000 ਤੋਰੀਆਂ ਨੂੰ ਦੋਸਤੋ, ਗੱਬਣ ਦੇ ਹਿਸਾਬ 'ਤੇ ਰੇਟ ਆ 42,000। 1.5 ਮਹੀਨੇ ਤੋਂ ਉੱਤੇ ਹੋ ਚੱਲੀ ਗੱਬਣ, ਚੈੱਕ ਪਾਸ ਨਹੀਂ ਕਰਵਾਈ, ਤੁਸੀਂ ਕਰਵਾ ਸਕਦੇ ਹੋ। ਹਵਾਨਾ ਤੁਸੀਂ ਹੁਣ ਦੇਖ ਲਓ ਜਿੰਨਾ ਕੁ ਦਿਖਾਉਂਦੀ ਹੈ। ਬਾਕੀ ਇਹ ਗਾਵਾਂ ਦਾ ਕੰਮ ਇਹ ਹੁੰਦਾ ਵੀ ਦੁੱਧ ਜਿਹੜਾ ਉਹ ਚੰਗਾ ਕੱਢ ਜਾਂਦੀਆਂ, ਭਾਵੇਂ ਹਵਾਨਾ ਛੋਟਾ ਦਿਸੇ। ਥਨ ਦਾ ਸਾਈਜ਼ ਇਹਦੇ ਵੀ ਚੰਗਾ, ਹਵਾਨੇ 'ਤੇ ਨਾੜਾਂ ਵੀ ਦਿਸਦੀਆਂ। ਬਾਕੀ ਜਿਹੜੇ ਅਗਲੇ ਥਣ ਆ ਉਹਨਾਂ 'ਚ ਵਿੱਥੀ ਆਪਸ ਵਿੱਚ ਕਾਫੀ ਜ਼ਿਆਦਾ, ਅਤੇ ਜਿਹੜੇ ਪਿਛਲੇ ਥਣ ਆ ਉਹ ਥੋੜ੍ਹੇ ਜਿਹੇ ਉਹਨਾਂ ਦੇ ਮੁਕਾਬਲੇ ਨੇੜ ਦਿਸਦੇ ਆ। ਇਸ ਤਰ੍ਹਾਂ ਦਾ ਤੁਸੀਂ ਇਹਦਾ ਹਵਾਨਾ ਦੇਖੋਗੇ, ਤੁਹਾਨੂੰ ਸਾਈਡ ਤੋਂ ਹਵਾਨਾ ਦਿਖਾਵਾਂ ਤਾਂ ਨਾੜਾਂ ਵੀ ਹਵਾਨੇ 'ਤੇ ਚੰਗੀਆਂ ਦਿਸਦੇ ਆ। 42,000 ਰੇਟ ਹੈ, ਚੈੱਕ ਪਾਸ ਤੁਸੀਂ ਕਰਵਾ ਕੇ ਲੈ ਕੇ ਜਾਇਓ। ਜੇ ਖਾਲੀ ਨਿਕਲੂਗੀ ਤਾਂ ਰੇਟ ਵੀਰ ਤੁਹਾਡੇ ਨਾਲ ਉਸ ਹਿਸਾਬ 'ਤੇ ਕਰ ਲੈਣਗੇ। ਵੈਸੇ ਇਹਨਾਂ ਨੂੰ ਫੁੱਲ ਯਕੀਨ ਆ ਵੀ ਇਹ ਗੱਬਣ ਹੈ, ਚੈੱਕ ਪਾਸ ਤੁਸੀਂ ਕਰਵਾ ਸਕਦੇ ਹੋ। ਇਦੋਂ ਅੱਗੇ ਇੱਕ ਵੱਡੇ ਢਾਂਚੇ ਦੀ ਗਾਂ ਦੋਸਤੋ, ਵੱਡੇ ਕੱਦ ਕਾਠ ਦੀ ਹੈ ਬਾਈ, ਕਿੰਨਾ ਕੁ ਚਿਰ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ 3 ਮਹੀਨੇ ਹੋ ਗਏ, ਉਹ ਵੱਛੀ ਕੱਢੀ ਇਹਦੀ ਤਾਂ ਹੈਗੀ ਆ ਵੱਛੀ, ਠੀਕ ਹੈ। ਅੱਛਾ, 3 ਮਹੀਨੇ ਹੋਏ ਆ ਸੂਈ ਨੂੰ, ਅਤੇ ਇੱਕ ਸੂਆ ਕਿੰਨਵਾਂ ਸੂਈ ਹੈ? ਸੂਆ ਇਹ ਚੌਥਾ। ਚੌਥਾ ਸੂਆ। ਦੁੱਧ ਹੁਣ ਕਿੰਨਾ ਦੇ ਰਹੀ ਹੈ? ਹੁਣ ਤਾਂ ਇਹ ਥੱਲੇ ਜੀ 12-13 ਲੀਟਰ। ਇਹਨੇ ਫਿਰ ਪਹਿਲਾਂ ਹੀ ਥੋੜ੍ਹਾ ਦਿੱਤਾ ਜਾਂ ਘਟੀ? ਥੋੜ੍ਹਾ ਦਿੱਤਾ ਜੀ, ਪਹਿਲਾਂ ਹੀ ਇਹਨੇ, ਪਹਿਲਾਂ ਹੀ ਥੋੜ੍ਹਾ ਦਿੱਤਾ ਸੀਗਾ, ਠੀਕ ਹੈ। ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ 30,000। 30,000 ਇਹਦੀ ਏ ਆਈ ਤਾਂ ਨਹੀਂ ਹੋਈ ਕਿ ਹੋਈ? ਏ ਆਈ ਹੋਈ ਵੀ ਹੈ ਜੀ। ਕਿੰਨਾ ਚਿਰ ਹੋਇਆ? 12 ਕੁ ਦਿਨ ਹੋ ਗਏ। 12-15 ਦਿਨ ਹੋ ਗਏ ਏ ਆਈ ਹੋਈ, ਠੀਕ ਹੈ। ਤੋਰੀ ਬਾਈ ਨੂੰ ਵੀ ਦੋਸਤੋ, ਵੱਡੇ ਢਾਂਚੇ ਦੀ ਗਾਂ, ਸੂਆ ਬਾਈ ਦੱਸਦਾ ਵੀ ਇਹਦਾ ਚੌਥਾ ਹੈ। ਇੱਕ ਕਵਹਿਣੀ ਵਾਲਾ ਥਣ ਪਿਛਲਾ ਜਿਹੜਾ ਥੋੜ੍ਹਾ ਜਿਹਾ ਲੰਬਾ ਦਿਖਾਉਂਦੀ ਹੈ, ਬਾਕੀ 3 ਥਣਾਂ ਦਾ ਸਾਈਜ਼ ਲਗਭਗ ਬਰਾਬਰ ਦਾ। ਹਵਾਨਾ ਦੋਸਤੋ ਦੇਖ ਸਕਦੇ ਹੋ, ਬਹਿਣੀ ਵਾਲਾ ਪਾਸਾ ਨਰਮ ਦਿਖਾਉਂਦੀ ਹੈ, ਪਰ ਦੁੱਧ ਬਾਈ ਦੱਸਦਾ ਸੀ ਵੀ ਬਰਾਬਰ ਆ। ਬਾਕੀ ਤੁਹਾਨੂੰ ਜੋ ਚੀਜ਼ ਸਾਹਮਣੇ ਦਿਸਦੀ ਉਹ ਦੱਸ ਰਿਹਾ, ਜੋ ਕਿ ਤੁਸੀਂ ਤਸੱਲੀ ਕਰ ਸਕਦੇ ਹੋ। ਦੁੱਧ ਇਸ ਟਾਈਮ 12 ਕਿਲੋ ਹੀ ਆ ਬਾਈ ਦੱਸਦਾ। ਇੱਦਾਂ ਦਾ ਇਹਦਾ ਹਵਾਨਾ, ਵੱਛੀ ਇਹਦੀ ਤੁਹਾਨੂੰ ਦਿਖਾ ਦਿੰਦਾ ਜਿੱਦਾਂ ਦੀ ਉਹ ਹੈਗੀ ਆ। ਇੱਧਰੋਂ ਤੁਸੀਂ ਪਾਸਾ ਦੇਖੋਗੇ ਤਾਂ ਬਹਿਣੀ ਵਾਲਾ ਥੋੜ੍ਹਾ ਰੱਖਦੀ ਲੱਗਦੀ ਹੈ। ਦੁੱਧ ਇਹਦੇ ਠੀਕ ਹੈ, ਥਣਾਂ 'ਚ ਬਰਾਬਰ? ਬਿਲਕੁਲ ਠੀਕ ਹੈ ਜੀ।
ਠੀਕ ਹੈ ਸੋ ਦੁੱਧ ਬਰਾਬਰ ਦਾ ਵੱਛੀ ਤੁਹਾਨੂੰ ਜਿਹੜੀ ਮਗਰੋਂ ਗਾਂ ਤੋਰੀ ਆ ਉਹ ਜ਼ਰੂਰ ਦਿਖਾ ਦਿੰਦਾ ਨਾਲ ਇਹ ਸਾਹਮਣੇ ਜਿਹੜੀ ਵੱਛੀ ਹੈ ਇਸ ਗਾਂ ਦੀ ਹੈ ਅਤੇ ਜਿਹੜੀ ਤਾਜ਼ੀ ਸੂਈ ਹੈ ਉਹਦਾ ਵੱਛਾ ਇੱਧਰ ਬੈਠਾ ਦੱਸੋ ਬਸ ਠੀਕ ਹੈ ਬੈਠਾ ਰਹਿਣ ਦੇ ਬਈ ਇਹ ਵੱਛਾ ਜਿਹੜੀ ਚਿੱਟੀ ਗਾਂ ਅਤੇ ਬਾਕੀ ਤਿੰਨ ਨਾਗ ਤੁਹਾਨੂੰ ਇਹ ਟੋਟਲ ਦਿਖਾਏ ਆ ਜਿਹੜਾ ਪਸ਼ੂ ਚੰਗਾ ਲੱਗੇ ਆਪਦੀ ਤਸੱਲੀ ਨਾਲ ਖਰੀਦ ਲਓ ਇਸ ਟਾਈਮ ਬਾਈ ਤੂੜੀ ਦੇ ਨਾਲ ਜਿਹੜਾ ਤੂੜੀ ਅਤੇ ਪੱਠਿਆਂ ਨਾਲ ਹੀ ਇਹਨਾਂ ਪਸ਼ੂਆਂ ਨੂੰ ਸੰਭਾਲਦਾ ਸਾਇਲੇਜ ਜਿਹੜਾ ਉਹ ਬਾਈ ਕੋਲੋਂ ਖਤਮ ਹੈ ਜਿਹਦੇ ਕਰਕੇ ਸਿਹਤ ਤੁਹਾਨੂੰ ਇੱਦਾਂ ਦੀ ਪਸ਼ੂਆਂ ਦੀ ਲੱਗੂਗੀ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ